ਆਪਾਂ ਨੂੰ ਕੈਮਰਾ ਸੈਟਅਪ ਕਰ ਦਿੰਨੇ ਆ ਕਿਤੇ ਹੈ ਨਾ ਤੇ ਇੱਕ ਹੋਰ ਬੜੀ ਸਮੱਸਿਆ ਆ ਦੇਖੋ ਆ ਦੇਖੋ ਓਪਰੋ ਸਾਰਾ ਕੰਮ ਸਾਡਾ ਖਤਮ ਹੋ ਗਿਆ ਆਪ ਇੱਥੇ ਫਿਰਦੇ ਬਨੇ ਹੁਣ ਆਏ ਨੇ ਸ਼ਰੀਰ ਤੋਂ ਲੈ ਕੇ ਸ਼ਾਮ ਠੀਕ ਹੈ ਕੋਈ ਗੱਲ ਨਹੀਂ ਸਾਰਾ ਕੰਮ ਕਰ ਲਿਆ ਬਸ ਤੁਸੀਂ ਬਸ ਹੋ ਗਿਆ ਕਦੋਂ ਮੈਂ ਜਾਵਾਂ ਵੀ ਵਾਪਸ ਅੱਗੇ ਜਾਏ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਦਿਨ ਵੀਰਵਾਰ ਤੇ ਤਰੀਕ ਹੈਗੀ 26 ਯਾਨੀ ਕਿ ਅੱਜ 26 ਜਨਵਰੀ ਹੈ ਆਪਾਂ ਹੁਣ ਚੱਲੇ ਹਾਂ ਲਵਲੀ ਦੇ ਵਿਆਹ 'ਚ ਹੁਮ ਹੁਮ ਆ ਕੇ ਤੇ ਮਨਪ੍ਰੀਤ ਪਹਿਲਾਂ ਹੀ ਉੱਥੇ ਜਾ ਚੁੱਕੀ ਹੈ ਨੰਨੂ ਨੂੰ ਲੈ ਕੇ ਤੇ ਹੁਣ ਆਪਾਂ ਯਾਨੀ ਕਿ ਮੈਂ ਤੇ ਮੰਨੀ ਅਸੀਂ ਦੋਨੇ ਜਾ ਰਹੇ ਹਾਂ ਫਿਲਹਾਲ ਮੋਟਰਸਾਈਕਲ ਤੇ ਗੱਡੀ ਘਰੇ ਖੜੀ ਹੈ ਗੱਡੀ ਤੇ ਆਉਣਗੇ ਮੰਮੀ ਡੈਡੀ ਤੇ ਬਾਕੀ ਆਹ ਦੇਖੋ ਆਹ ਸਮਾਨ ਆ ਸਾਡਾ ਆ ਕਰ ਲਿਆ ਸੀ ਪੈਕ ਬੈਗ ਤੇ ਉਹ ਲਿਫਾਫਾ ਇੱਕ ਲਿਫਾਫਾ ਹੋਰ ਹੈ ਮੰਨੀ ਇੱਕ ਲਿਫਾਫਾ ਹੋਰ ਵਿੱਚ ਹੀ ਪਾਤਾ ਤੇ ਆਹ ਬਾਕੀ ਆ ਬਲੇਜ਼ਰਾਂ ਬਲੂਜ਼ਰਾਂ ਆਹ ਟੰਗੀਆਂ ਹੋਈਆਂ ਆਹ ਨਵੇਂ ਕੱਪੜੇ ਆ ਠੀਕ ਹੈ ਜੀ ਇਹ ਮੰਮੀ ਹੁਣੀ ਲੈ ਕੇ ਆਉਣਗੇ ਜਦੋਂ ਇਹ ਆਉਣਗੇ ਗੱਡੀ ਦੇ ਵਿੱਚ ਠੀਕ ਹੈ ਨਾ ਚੇਤੇ ਨਾਲ ਲੈ ਆਇਓ ਠੀਕ ਹੈ ਤੇ ਆਹ ਨਵੇਂ ਕੱਪੜੇ ਆ ਵੀ ਪੈਕ ਕੀਤੇ ਜਾ ਰਹੇ ਆ ਤੇ ਹੁਣ ਆਪਾਂ ਨਿਕਲਦੇ ਆ ਸਫ਼ਰ ਤੇ ਸਫ਼ਰ ਸਾਡਾ ਥੋੜ੍ਹਾ ਜਿਹਾ ਔਖਾ ਰਹੇਗਾ ਬੈਕ ਕਰਕੇ ਬਾਈਕ ਤੇ ਜਾਣਾ ਪੰਗਾ ਤਾਂ ਬਾਈਕ ਦਾ ਹੈ ਨਾ ਬਾਈਕ ਤੇ ਔਖਾ ਲੱਗਦਾ ਬਾਈਕ ਹੁਣ ਨਵੀਂ ਲੈਣੀ ਪੈਣੀ ਆ ਸਾਨੂੰ ਸੋਚਦੇ ਹਾਂ ਲੈ ਲਈਏ ਬੁਲਟ ਲੈ ਲਈਏ ਨਹੀਂ TVS ਰੋਨਿਨ ਇੱਕ TVS ਰੋਨਿਨ ਬਾਈਕ ਆ ਉਹ ਅਸੀਂ ਸੋਚਦੇ ਪਏ ਲੈ ਲਈਏ ਹੈ ਨਾ ਪਰ ਹੱਲੇ ਨਹੀਂ ਹੱਲੇ ਤਾਂ ਹੱਥ ਬਹੁਤ ਟੈਟ ਆ ਵਿਆਹ ਨੇ ਹੱਥ ਟੈਟ ਕੀਤਾ ਸਾਡਾ ਵਿਆਹ ਨੇ ਨੇਰੀਆਂ ਲਿਆਂਦੀਆਂ ਵੀ ਵਿਆਹ ਤਾਂ ਅਗਲੇ ਦਾ ਹੁੰਦਾ ਪੰਗਾ ਅਗਲੇ ਦਾ ਨਿਕਲਦਾ ਆਪਣਾ ਨਿਕਲਦਾ ਸਾਡਾ ਵਿਆਹ ਸਹੀ ਗੱਲ ਹੈ ਤੇ ਹੁਣ ਆਪਾਂ ਨਿਕਲੀਏ ਫਿਰ ਹੈਨਾ ਚਲੋ ਫਿਰ ਚਲੀਏ ਚਲੋ ਚੰਗਾ ਫਿਰ ਮੰਮੀ ਚੰਗਾ ਚਲੋ ਲਓ ਜੀ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਘਰੋਂ ਬਾਹਰ ਨਿਕਲਦੇ ਹਾਂ ਜੀ ਤੇ ਹੁਣ ਲੰਘ ਰਿਹਾ ਜੀ ਅਸੀਂ ਕੈਲਾਸ਼ ਨਗਰ ਰੋਡ ਤੋਂ ਕੈਲਾਸ਼ ਨਗਰ ਰੋਡ ਇਹ ਬਹੁਤ ਜ਼ਿਆਦਾ ਯਾਨੀ ਕਿ ਭੀੜਾ ਰੋਡ ਹੈ ਜੀ ਮਤਲਬ ਲੋਕਾਂ ਨੇ ਇੱਕ ਤਾਂ ਆਹ ਦੇਖੋ ਸੈਂਟਾਂ 'ਤੇ ਲੋਕਾਂ ਨੇ ਨਾ ਜਗ੍ਹਾ ਬਹੁਤ ਕਵਰ ਕੀਤੀ ਹੋਈ ਹੈ ਉੱਪਰੋਂ ਦੀ ਵੈਸੇ ਵੀ ਇਹ ਜਿਹੜਾ ਰੋਡ ਹੈ ਇਹ ਕਾਫੀ ਛੋਟਾ ਰੋਡ ਹੈ ਅਤੇ ਇੱਥੇ ਯਾਨੀ ਕਿ ਹੁਣ ਕਾਫੀ ਜ਼ਿਆਦਾ ਤਕਲੀਫ ਹੁੰਦੀ ਜੇ ਗੱਡੀ ਲੈ ਕੇ ਆਈਏ ਤਾਂ ਫਿਰ ਤਾਂ ਬਾਹਲਾ ਹੀ ਕੰਮ ਖਰਾਬ ਹੋ ਜਾਂਦਾ ਹੈ ਨਾ ਗੱਡੀ ਲਿਆਈਏ ਫਿਰ ਤਾਂ ਇੱਥੇ ਕਈ ਵਾਰੀ ਜਾਮ ਲੱਗਦਾ ਬੰਦਾ ਘੰਟਾ ਘੰਟਾ ਰੋਡ ਵੀ ਨਹੀਂ ਕਲੀਅਰ ਹੁੰਦਾ ਬੰਦੇ ਕੋਲੋਂ ਇੰਨਾ ਜ਼ਿਆਦਾ ਯਾਨੀ ਕਿ ਇੱਥੇ ਜਾਮ ਹੁੰਦਾ ਆਹ ਦੇਖੋ ਸਾਹਮਣੇ ਦੇਖੋ ਗੱਡੀਆਂ ਇੱਧਰੋਂ ਦੇਖੋ ਆਹ ਦੇਖੋ ਅਤੇ ਹੁਣ ਆਪਾਂ ਆ ਗਏ ਹਾਂ ਜੀ ਬਿਲਕੁਲ ਆਊਟ ਆਫ ਸਿਟੀ ਯਾਨੀ ਕਿ ਪਿੰਡ ਆ ਗਿਆ ਆਹ ਦੇਖੋ ਕਿੰਨਾ ਸੋਹਣਾ ਦਰਖਤ ਲੱਗਦਾ ਹੈ ਨਾ ਹਰ ਵਾਰੀ ਜਦੋਂ ਇੱਥੋਂ ਲੰਘਦੇ ਹਾਂ ਮਤਲਬ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਲੋਕੇਸ਼ਨ ਬਹੁਤ ਜ਼ਿਆਦਾ ਯਾਨੀ ਕਿ ਇੱਥੇ ਬੰਦੇ ਦਾ ਦਿਲ ਲੱਗ ਜਾਂਦਾ ਆ ਕੇ ਮੇਰੀ ਆਵਾਜ਼ ਕਿੱਦਾਂ ਕੰਬ ਰਹੀ ਹੈ ਸੜਕਾਂ ਟੁੱਟੀਆਂ ਹੋਈਆਂ ਨਾ ਉਹਦੇ ਕਰਕੇ ਫਿਰ ਆਵਾਜ਼ ਵੀ ਕੰਬਦੀ ਹੈ ਲੋਕਾਂ ਨੇ ਇੱਥੇ ਗੋਹਾ ਕੂੜਾ ਕਿੰਗੀ ਸੁੱਟਿਆ ਹੋਇਆ ਬੰਦਾ ਗੰਦ ਪਾ ਰਿਹਾ ਆਹ ਬੰਦੇ ਇੱਥੇ ਕ੍ਰਿਕਟ ਖੇਡ ਰਹੇ ਆ ਉਹ ਦੇਖਿਓ ਤਾਂ ਦੱਸੋ ਆ ਦੇਖੋ ਇੱਕ ਹੋਰ ਬੜੀ ਸਮੱਸਿਆ ਆ ਦੇਖੋ ਆ ਦੇਖੋ ਉਹ ਪ੍ਰੋ ਆਹ ਦੇਖੋ ਅਵਾਰਾ ਪਸ਼ੂ ਅਵਾਰਾ ਕੁੱਤੇ ਵੀ ਬਹੁਤ ਆ ਪਰ ਕੁੱਤਿਆਂ 'ਤੇ ਆਪਾਂ ਕੁਛ ਬੋਲ ਨਹੀਂ ਸਕਦੇ ਕਿਉਂਕਿ ਐਵੇਂ ਕੁੱਤਿਆਂ ਨੂੰ ਪਿਆਰ ਬਹੁਤ ਕਰਦੇ ਆ ਲੋਕ ਹੋਰ ਪੰਗਾ ਪੈਂਦਾ ਹੈ ਨਾ ਤਾਂ ਕਰਕੇ ਅਤੇ ਅਵਾਰਾ ਪਸ਼ੂ ਦੇਖੋ ਸਭ ਤੋਂ ਵੱਧ ਨੁਕਸਾਨ ਇਹ ਕਰਦੇ ਚਲੋ ਕੁੱਤੇ ਦਾ ਥੋੜ੍ਹੇ ਹੈ ਨਾ ਚੁਕੰਨੇ ਹੁੰਦੇ ਆ ਹੈ ਨਾ ਮਨੀ ਜੇ ਮੰਨ ਲਓ ਸਾਈਡ ਸੂਟ 'ਤੇ ਹੋ ਜਾਂਦੇ ਆ ਪਰ ਜਿਹੜੇ ਡੰਗਰ ਹੈ ਅਵਾਰਾ ਉਹਨਾਂ ਦਾ ਸਭ ਤੋਂ ਵੱਧ ਪੰਗਾ ਉਹਨਾਂ ਨੂੰ ਕਿਹੜਾ ਸਾਈਡ 'ਤੇ ਕਰੇ ਹੈ ਨਾ ਅਤੇ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਇਹਨਾਂ ਕਰਕੇ ਧੁੰਦਾਂ ਦੇ ਵਿੱਚ ਖਾਸ ਕਰਕੇ ਜਦੋਂ ਕੁਛ ਦਿਖਦਾ ਨਹੀਂ ਹੁੰਦਾ ਬੰਦੇ ਨੂੰ ਹੈ ਨਾ ਗੱਡੀਆਂ ਵਾਲਿਆਂ ਨੂੰ ਅਤੇ ਹਾਂ ਪਤਾ ਨਹੀਂ ਹੁਣ ਕਿਉਂ ਲੋਕ ਛੱਡ ਦਿੰਦੇ ਆ ਤਾਂ ਸਾਂਭ ਸੰਭਾਲ ਕਰਨੀ ਚਾਹੀਦੀ ਆ ਪਰ ਨਹੀਂ ਅਤੇ ਹੁਣ ਤੁਸੀਂ ਦੇਖੋ ਚਾਰੋਂ ਤਰਫ ਕਿੰਨੀ ਹਰਿਆਲੀ ਹੈ ਨਾ ਹਰਿਆਲੀ ਦੇਖੋ ਕਿੱਦਾਂ ਇਹ ਮਤਲਬ ਹੁਣ ਇਹ ਕਣਕ ਤਿਆਰ ਹੋ ਰਹੀ ਹੈ ਇਹ ਫੋਟੋ ਖਿੱਚਣ ਵਾਸਤੇ ਉਹ ਵਾਪਸ ਚੱਲੇ ਆ ਉਹ ਦਰਖਤ ਦੇ ਕੋਲ ਤੇ ਗਾਇਸ ਆਪਾਂ ਸਮੋਸੇ ਤੇ ਬ੍ਰੈਡ ਪੈਕ ਕਰਵਾ ਲਏ ਆ ਤੇ ਹੁਣ ਆਪਾਂ ਸੋਹਣੀ ਜਿਹੀ ਜਗ੍ਹਾ ਦੇਖ ਕੇ ਰੋਕ ਕੇ ਫਿਰ ਆਪਾਂ ਉੱਥੇ ਖਾਵਾਂਗੇ ਠੀਕ ਹੈ ਜੀ ਕਿ ਹੁਣ ਜਗ੍ਹਾ ਲੱਭ ਕੋਈ ਵਧੀਆ ਜੀ ਦੇਖ ਕੇ ਨਾ ਫਿਰ ਆਪਾਂ
समोसे खाइए ते ब्रेड खाइए ना। भैन जी सोहनी जगह रोक की है, साफ सुथरी जी, इतना चिक्कड़ ही है, टुटा पाया सारा काम खराब ही आ नहीं बनया यार, रोड़ा वाला बनी ये नहीं बनया कभी यार, बहुत टाइम हो गया देखते हुए, बहुत बार इतों लंघ चुके हैं बट आ वाला रोड नहीं बनता, बहुत काम खराब है। हम जी आप पहुँच गए चौंते, तो चौंते का तुम हाल देख लो, चौंता चोर आ चंगी तरह आ देखो, हाय हाय क्या मिक्सचर बनया होगा तगड़ा, आ कि सोहना मिक्सचर बनया हो गारे का, आ तो भावें कंधा से चढ़ाई कर लो ये है ना, आखो चको आ देखो माड़िया, शुक्र है साफ सड़क आई है, हुण जाके चैन आया, हुण असीं इत्थे आ ते गए प्यारी जी लोकेशन ते, पर साडा हाल बहुत बुरा होया पिया, लोकेशन तो बहुत प्यारी आ देखो, साड़ी लोकेशन बिगड़ी हुई है, हाँ देखो बहुत घेंट जगह जिथे असी खड़े हैं, ठीक है जी, तो हुण आपां खाने आ समोसे, करदे आ किट्टी पार्टी, मोटरसाइकिल दी अच्छा इहनू फिर आपां नूं कैमरा सैटअप कर दिंदे आ किते है ना, तो फिर आपां खाने पीने, ठीक है ओके। लो जी आप करता सैट हूँ, ओके है ना, खान लगे समोसे, पहला समोसा खाइए कि पहला आ खाइए ब्रेड टोस्ट, मैं समोसा शुरू कर लिया, ठीक है गया जी नाश्ता पानी, ठीक है लंच ठीक है, तो हूँ आप निकलीए फटाफट क्योंकि हनेरा हो जाना, हाँ टाइम लगभग टाइम हो चुका जी 3:45, ठीक है जी, तो नेरा होने वाला, तो निकलीए हूँ आप, ठीक है चलो चलो जल्दी चलिए। ओहो ओहो स्टैकल आ गया, स्टैकल हूँ आप जी पहुँचण वाले हाँ भाई जिथे लवली दे सोहरे है, लवली के सोहरे लवली के सोहरे का पिंड, लवली के सोहरे का पिंड, पर पिंड का नाम नहीं दसांगे, ठीक है पर तुहानू घर दिखावांगे, ठीक है जिथे मतलब आपां आना है ना, बरात तां वैसे पैलेस च जानी है पर उहदा कुड़ी जिहड़ी है ओह इत्थे रहिंदी है, ठीक है जी, ते उह तुहानू दिखांदे आं आपां, रोक लै बंद कर सारा राह नहीं दिखाई जांदा ਆਪਾਂ ਪਿੰਡ ਦੀ ਫਿਰਨੀ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਹੈ ਨਾ, ਅਤੇ ਉਹ ਪਰੇ ਜਿਹੜਾ ਤੁਹਾਨੂੰ ਦੀਦਾ ਇਹ ਜੀ ਸੂਆ, ਇੱਦਾਂ ਦੇ ਸੂਏ ਪਿੰਡਾਂ ਦੇ ਵਿੱਚ ਮਤਲਬ ਹੁੰਦੇ ਹੀ ਹੈ ਨਾ, ਅਕਸਰ ਪਿੰਡਾਂ ਦੇ ਬਾਹਰ ਬਾਹਰ ਇੱਦਾਂ ਦੇ ਸੂਏ ਹੁੰਦੇ ਆ, ਪਰ ਇਹ ਬੰਦ ਨੇ, ਇਹ ਬੰਦ ਹੀ ਹੁੰਦੇ ਆ ਜ਼ਿਆਦਾਤਰ, ਪਤਾ ਨਹੀਂ ਇਹ ਮੇਰੇ ਖਿਆਲ ਨਾਲ ਬਰਸਾਤੀ ਪਾਣੀ ਹੁੰਦਾ ਨਾ ਜਿਹੜਾ, ਹਾਂ ਉਹਦੇ ਵਾਸਤੇ ਹੁੰਦੇ ਆ, ਕੇਰਲਾ ਦਾ ਦਰਖਤ, ਆਹ ਦੇਖੋ ਕਿੰਨਾ ਸੋਹਣਾ, ਆਹ ਦੇਖੋ ਇਹ ਉਹਨਾਂ ਨੇ ਚਿੜੀਆਂ ਨੇ ਆਪਣੇ ਆਪਣੇ ਘੋਂਸਲੇ ਬਣਾਏ ਹੋਏ ਆ, ਕਿੰਨਾ ਸੋਹਣਾ ਲੱਗਦਾ ਜੀ, ਪਹੁੰਚ ਗਏ ਅਸੀਂ ਫਾਈਨਲੀ, ਘੰਟੇ ਹੋ ਗਏ ਤੁਰੇ, ਆਹ ਦੇਖੋ ਲਾੜਾ ਲਾੜਾ ਸਾਰਾ ਕੰਮ ਸਾਡਾ ਖਤਮ ਹੋ ਗਿਆ, ਆਪ ਇੱਥੇ ਫਿਰਦੇ ਪਏ ਨੇ, ਹੁਣ ਆਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕੋਈ ਗੱਲ ਨਹੀਂ ਸਾਰਾ ਕੰਮ ਕਰ ਲਿਆ, ਬਸ ਤੁਸੀਂ ਬਸ ਹੋ ਗਿਆ ਕਦਮ, ਮੈਂ ਜਾਵਾਂ ਵੀ ਬਸ, ਸਾਡੇ ਕੇ ਜਾਏ ਹੁਣ, ਹੁਣ ਖਾਣ ਪੀਣ ਆਏ ਅਸੀਂ, ਠੀਕ ਹੈ ਠੀਕ ਹੈ।
चल अभी बड़े गए काम है मेरे तो पहले ही ठीक ठाक हो जी बेटा चलो लो जी हलवाइया का काम चालू है।